ਸਾਨੂੰ ਜੀ ਫਾਇਰ ਬ੍ਰਿਗੇਡ ਵਾਲਿਆਂ ਨੇ ਮੋਗੇ ਵਾਲਿਆਂ ਨੇ ਦੱਸਿਆ ਵੀ ਇੱਦਾਂ ਨਾ ਮੁੱਕਣ ਵਾਲੇ ਰੋਡ 'ਤੇ ਇੱਕ ਗੱਡੀ ਨੂੰ ਅੱਗ ਲੱਗੀ ਹੈ, ਜਿੱਥੇ ਅਸੀਂ ਮੌਕੇ 'ਤੇ ਆਣ ਕੇ ਦੇਖਿਆ ਅਤੇ ਵਾਕਈ ਗੱਡੀ ਅੱਗ ਨਾਲ ਮੱਚ ਗਈ ਹੈ ਅਤੇ ਹੁਣ ਅੱਗੇ ਇਹਦੇ ਆਹ ਨੰਬਰ ਪਤਾ ਲੱਗਾ ਹੈ ਅਤੇ ਕੋਈ ਇੱਥੇ ਸਾਨੂੰ ਬੰਦਾ ਨਹੀਂ ਕੋਈ ਵੀ ਮਿਲਿਆ ਜਾਂਦਾ ਜਾਂ ਅਤੇ ਆਹ ਨੰਬਰ ਪਤਾ ਲੱਗਾ ਵੀ ਨੰਬਰ ਤੋਂ ਅਸੀਂ ਟਰੇਸ ਕਰਦੇ ਹਾਂ ਵੀ ਗੱਡੀ ਦਾ ਕਿ ਅੱਗੇ ਤਫਤੀਸ਼ ਜਾਰੀ ਹੈ ਜੀ। ਪਤਾ ਲੱਗਿਆ ਜੀ ਜਿਹੜੇ ਗੱਡੀ ਦੇ ਮਾਲਕ ਸੀ ਕਿੱਧਰ ਗਏ ਕੀ ਗੱਲ? ਨਹੀਂ ਇਹਨਾਂ ਬਾਰੇ ਕੋਈ ਨਹੀਂ ਪਤਾ, ਅਸੀਂ ਹੁਣ ਬਾਅਦ 'ਚ ਆਏ ਹਾਂ, ਪਹਿਲੋਂ ਹੀ ਫਾਇਰ ਬ੍ਰਿਗੇਡ ਵਾਲੇ ਹੀ ਇਹਨਾਂ ਨੇ ਦੱਸਿਆ ਸੀ, ਪਰ ਹੁਣ ਅੱਗੇ ਤਫਤੀਸ਼ ਜਾਰੀ ਹੈ ਜੀ, ਕੋਈ ਨਹੀਂ ਕਾਰਵਾਈ ਕਰਾਂ। ਇਹ ਹੁਣ ਟਰੇਸ ਕਰਦੇ ਹਾਂ ਜੀ, ਨੰਬਰ ਤੋਂ ਟਰੇਸ ਲਗਾਉਂਦੇ ਹਾਂ, ਜਿਵੇਂ ਹੋਇਆ ਜੇ ਪਤਾ ਲੱਗ ਜਾਵੇ ਚੋਰੀ ਦੀ ਹੈ ਜਾਂ ਕੋਈ ਕਿਵੇਂ ਹਾਲਾਤ ਹੋਏ ਉਸ ਹਿਸਾਬ ਨਾਲ ਕਾਰਵਾਈ। ਗੱਡੀ ਨੂੰ ਕਬਜ਼ੇ 'ਚ ਲੈ ਰਹੇ ਹੋ? ਹਾਂ, ਗੱਡੀ ਨੂੰ ਕਬਜ਼ੇ 'ਚ ਲੈ ਕੇ ਜੀ ਅਗਲੀ ਕਾਰਵਾਈ ਸ਼ੁਰੂ। ਕਾਰਨ ਇਹ ਜੀ, ਜਿਹੜੀ ਨੈਸਲੇ ਡੈਰੀ ਦੇ ਨਾਲ ਬੁੱਕਣ ਵਾਲਾ ਰੋਡ ਨੂੰ ਜਿਹੜਾ ਲੈਂਕ ਰੋਡ ਆ ਜੀ, ਉਹ 'ਤੇ ਲੱਗੀ ਸੀਗੀ ਅੱਗ, ਮਰੂਤੀ ਗੱਡੀ ਆ ਜਿਹਨੂੰ ਅੱਗ ਲੱਗੀ ਵੀ ਆ, ਅਤੇ ਅਸੀਂ ਮੌਕੇ 'ਤੇ ਆ ਕੇ ਵੇਖਿਆ ਅਤੇ ਅੱਗ ਪੂਰੀ ਮੱਚ ਰਹੀ ਸੀਗੀ। ਅਤੇ ਤਕਰੀਬਨ ਸਾਨੂੰ 11:30 ਨੰਬਰ ਤੋਂ ਫੋਨ ਆਇਆ ਸੀਗਾ ਵੀ ਇੱਥੇ ਅੱਗ ਲੱਗੀ ਵੀ, ਅਸੀਂ ਮੌਕੇ 'ਤੇ ਆਏ ਹਾਂ, ਪਰ ਇੱਥੇ ਜਿਹੜਾ ਕੋਈ ਗੱਡੀ ਦਾ ਮਾਲਕ ਵਗੈਰਾ ਹੋਰ ਕੋਈ ਨਹੀਂ ਸੀਗਾ, ਉਹ ਬੰਦੇ ਬਠਿੰਡੇ ਦੇ ਸੀਗੇ ਅਤੇ ਉਹ ਇੱਥੋਂ ਦੇ ਲੰਘ ਰਹੇ ਸੀ, ਉਹਨਾਂ ਨੇ ਸਾਨੂੰ ਸੂਚਨਾ ਦਿੱਤੀ ਹੈ ਗੱਡੀ। ਨਹੀਂ ਜੀ, ਇੱਥੇ ਕੋਈ ਨਹੀਂ ਸੀ ਉਸ ਟਾਈਮ ਜਦੋਂ ਅਸੀਂ ਇੱਥੇ ਆਏ ਹਾਂ, ਉਦੋਂ ਗੱਡੀ ਮੱਚ ਰਹੀ ਸੀ ਅਤੇ ਮੌਕੇ 'ਤੇ ਕੋਈ ਨਹੀਂ ਸੀ। ਇੱਥੇ ਅਸੀਂ ਆਸੇ ਪਾਸੇ ਤੋਂ ਪੁੱਛਿਆ ਸੀਗਾ ਲੋਕਾਂ ਤੋਂ, ਉਹਨਾਂ ਨੇ ਦੱਸਿਆ ਵੀ ਜਦੋਂ ਅੱਗ ਲੱਗੀ ਕੋਈ 2 ਬੰਦੇ ਕਹਿ ਰਿਹਾ, ਕੋਈ 3 ਬੰਦੇ ਕਹਿ ਰਿਹਾ, ਵੀ ਕਹਿੰਦੇ ਜਦੋਂ ਧੂੰਆਂ ਸਟਾਰਟ ਹੋਇਆ ਅਤੇ ਉਦੋਂ ਹੀ ਮਤਲਬ ਉਹ ਗੱਡੀ ਛੱਡ ਕੇ ਭੱਜ ਗਈ। ਇਹ ਤਾਂ ਜੀ ਹੁਣ ਕੁਛ ਕਹਿ ਨਹੀਂ ਸਕਦੇ ਵੀ ਕੀ ਕਾਰਨ ਹੋ ਸਕਦਾ, ਵੀ ਗੱਡੀ ਗਰਮ ਵੀ ਹੋ ਸਕਦੀ ਆ, ਹੁਣ ਜਦੋਂ ਮੌਕੇ 'ਤੇ ਮਾਲਕ ਹੀ ਹੈ ਨਹੀਂਗਾ ਅਤੇ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਵੀ ਅੱਗ ਕਿਉਂ ਲੱਗੀ ਆ। ਸਾਨੂੰ ਜੀ ਫਾਇਰ ਬ੍ਰਿਗੇਡ ਵਾਲਿਆਂ ਨੇ ਮੋਗੇ ਵਾਲਿਆਂ ਨੇ ਦੱਸਿਆ ਵੀ ਇੱਦਾਂ ਨਾ ਮੁੱਕਣ ਵਾਲੇ ਰੋਡ 'ਤੇ ਇੱਕ ਗੱਡੀ ਨੂੰ ਅੱਗ ਲੱਗੀ ਹੈ, ਜਿੱਥੇ ਅਸੀਂ ਮੌਕੇ 'ਤੇ ਆਣ ਕੇ ਦੇਖਿਆ ਅਤੇ ਵਾਕਈ ਗੱਡੀ ਅੱਗ ਨਾਲ ਮੱਚ ਗਈ ਹੈ ਅਤੇ ਹੁਣ ਅੱਗੇ ਇਹਦੇ ਆਹ ਨੰਬਰ ਪਤਾ ਲੱਗਾ ਹੈ ਅਤੇ ਕੋਈ ਇੱਥੇ ਸਾਨੂੰ ਬੰਦਾ ਨਹੀਂ ਕੋਈ ਵੀ ਮਿਲਿਆ ਜਾਂਦਾ ਜਾਂ ਅਤੇ ਆਹ ਨੰਬਰ ਪਤਾ ਲੱਗਾ ਵੀ ਨੰਬਰ ਤੋਂ ਅਸੀਂ ਟਰੇਸ ਕਰਦੇ ਹਾਂ ਵੀ ਗੱਡੀ ਦਾ ਕਿ ਅੱਗੇ ਤਫਤੀਸ਼ ਜਾਰੀ ਹੈ ਜੀ। ਪਤਾ ਲੱਗਿਆ ਜੀ ਜਿਹੜੇ ਗੱਡੀ ਦੇ ਮਾਲਕ ਸੀ ਕਿੱਧਰ ਗਏ ਕੀ ਗੱਲ? ਨਹੀਂ ਇਹਨਾਂ ਬਾਰੇ ਕੋਈ ਨਹੀਂ ਪਤਾ, ਅਸੀਂ ਹੁਣ ਬਾਅਦ 'ਚ ਆਏ ਹਾਂ, ਪਹਿਲੋਂ ਹੀ ਫਾਇਰ ਬ੍ਰਿਗੇਡ ਵਾਲੇ ਹੀ ਇਹਨਾਂ ਨੇ ਦੱਸਿਆ ਸੀ, ਪਰ ਹੁਣ ਅੱਗੇ ਤਫਤੀਸ਼ ਜਾਰੀ ਹੈ ਜੀ, ਕੋਈ ਨਹੀਂ ਕਾਰਵਾਈ ਕਰਾਂ। ਇਹ ਹੁਣ ਟਰੇਸ ਕਰਦੇ ਹਾਂ ਜੀ, ਨੰਬਰ ਤੋਂ ਟਰੇਸ ਲਗਾਉਂਦੇ ਹਾਂ, ਜਿਵੇਂ ਹੋਇਆ ਜੇ ਪਤਾ ਲੱਗ ਜਾਵੇ ਚੋਰੀ ਦੀ ਹੈ ਜਾਂ ਕੋਈ ਕਿਵੇਂ ਹਾਲਾਤ ਹੋਏ ਉਸ ਹਿਸਾਬ ਨਾਲ ਕਾਰਵਾਈ। ਗੱਡੀ ਨੂੰ ਕਬਜ਼ੇ 'ਚ ਲੈ ਰਹੇ ਹੋ? ਹਾਂ, ਗੱਡੀ ਨੂੰ ਕਬਜ਼ੇ 'ਚ ਲੈ ਕੇ ਜੀ ਅਗਲੀ ਕਾਰਵਾਈ ਸ਼ੁਰੂ। ਕਾਰਨ ਇਹ ਜੀ, ਜਿਹੜੀ ਨੈਸਲੇ ਡੈਰੀ ਦੇ ਨਾਲ ਬੁੱਕਣ ਵਾਲਾ ਰੋਡ ਨੂੰ ਜਿਹੜਾ ਲੈਂਕ ਰੋਡ ਆ ਜੀ, ਉਹ 'ਤੇ ਲੱਗੀ ਸੀਗੀ ਅੱਗ, ਮਰੂਤੀ ਗੱਡੀ ਆ ਜਿਹਨੂੰ ਅੱਗ ਲੱਗੀ ਵੀ ਆ, ਅਤੇ ਅਸੀਂ ਮੌਕੇ 'ਤੇ ਆ ਕੇ ਵੇਖਿਆ ਅਤੇ ਅੱਗ ਪੂਰੀ ਮੱਚ ਰਹੀ ਸੀਗੀ। ਅਤੇ ਤਕਰੀਬਨ ਸਾਨੂੰ 11:30 ਨੰਬਰ ਤੋਂ ਫੋਨ ਆਇਆ ਸੀਗਾ ਵੀ ਇੱਥੇ ਅੱਗ ਲੱਗੀ ਵੀ, ਅਸੀਂ ਮੌਕੇ 'ਤੇ ਆਏ ਹਾਂ, ਪਰ ਇੱਥੇ ਜਿਹੜਾ ਕੋਈ ਗੱਡੀ ਦਾ ਮਾਲਕ ਵਗੈਰਾ ਹੋਰ ਕੋਈ ਨਹੀਂ ਸੀਗਾ, ਉਹ ਬੰਦੇ ਬਠਿੰਡੇ ਦੇ ਸੀਗੇ ਅਤੇ ਉਹ ਇੱਥੋਂ ਦੇ ਲੰਘ ਰਹੇ ਸੀ, ਉਹਨਾਂ ਨੇ ਸਾਨੂੰ ਸੂਚਨਾ ਦਿੱਤੀ ਹੈ ਗੱਡੀ। ਨਹੀਂ ਜੀ, ਇੱਥੇ ਕੋਈ ਨਹੀਂ ਸੀ ਉਸ ਟਾਈਮ ਜਦੋਂ ਅਸੀਂ ਇੱਥੇ ਆਏ ਹਾਂ, ਉਦੋਂ ਗੱਡੀ ਮੱਚ ਰਹੀ ਸੀ ਅਤੇ ਮੌਕੇ 'ਤੇ ਕੋਈ ਨਹੀਂ ਸੀ। ਇੱਥੇ ਅਸੀਂ ਆਸੇ ਪਾਸੇ ਤੋਂ ਪੁੱਛਿਆ ਸੀਗਾ ਲੋਕਾਂ ਤੋਂ, ਉਹਨਾਂ ਨੇ ਦੱਸਿਆ ਵੀ ਜਦੋਂ ਅੱਗ ਲੱਗੀ ਕੋਈ 2 ਬੰਦੇ ਕਹਿ ਰਿਹਾ, ਕੋਈ 3 ਬੰਦੇ ਕਹਿ ਰਿਹਾ, ਵੀ ਕਹਿੰਦੇ ਜਦੋਂ ਧੂੰਆਂ ਸਟਾਰਟ ਹੋਇਆ ਅਤੇ ਉਦੋਂ ਹੀ ਮਤਲਬ ਉਹ ਗੱਡੀ ਛੱਡ ਕੇ ਭੱਜ ਗਈ। ਇਹ ਤਾਂ ਜੀ ਹੁਣ ਕੁਛ ਕਹਿ ਨਹੀਂ ਸਕਦੇ ਵੀ ਕੀ ਕਾਰਨ ਹੋ ਸਕਦਾ, ਵੀ ਗੱਡੀ ਗਰਮ ਵੀ ਹੋ ਸਕਦੀ ਆ, ਹੁਣ ਜਦੋਂ ਮੌਕੇ 'ਤੇ ਮਾਲਕ ਹੀ ਹੈ ਨਹੀਂਗਾ ਅਤੇ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਵੀ ਅੱਗ ਕਿਉਂ ਲੱਗੀ ਆ।